सरकार पहले बहुत कर्जा पंजाब से चढ़ चुकया हुआ है, जिमनी चोन से बहुत बड़ा खर्चा आना था, बहुत बड़ी हरासमेंट भी होनी थी आम पब्लिक ने, लोगों ने भी इलेक्शन लड़ने के चक्कर, इस करके मैं अपना इस्तीफा वापस ले लिया। और मैं सरकार तो यह भी चाहता है कि जिहड़ा जिमनी चोन से पैसा लगना वो साढ़े हल्के के विकास वास्ते ही लाया जाए, वा तो भी बहुत वधिया गल होगी कि साढ़े इलाके का विकास हो जाए उस पैसे ने। ਸੰਦੋਸ ਸਾਹਿਬ ਕਿਆ ਕਾਰਨ ਸੀ ਆਖਿਰਕਾਰ ਵੀ ਅਸਤੀਫਾ ਵਾਪਸ ਲਿਆ? ਕਿਤੇ ਨਾ ਕਿਤੇ ਕਾਂਗਰਸ ਪਾਰਟੀ ਨਾਲ ਤੁਹਾਡੀ ਦਾਲ ਨਹੀਂ ਗਲੀ ਹੈ? ਨਹੀਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ। ਬਾਕੀ ਤਾਂ ਪਤਾ ਹੈ, ਮੈਂ ਕਹਿੰਦਾ ਇਲਾਕੇ ਦਾ ਕੰਮ ਹੋਣਾ ਚਾਹੀਦਾ ਹੈ, ਲੋਕਾਂ ਦੇ ਬੋਝ ਨਹੀਂ ਪੈਣਾ ਚਾਹੀਦਾ ਹੈ, ਜਿਹੜਾ ਇਲੈਕਸ਼ਨ ਲੜਿਆ ਜਾਣਾ ਦੁਬਾਰਾ ਪੈਸਾ ਖਰਚਿਆ ਜਾਣਾ, ਲੋਕਾਂ ਦੀ ਜੇਬਾਂ 'ਤੇ ਬੋਝ ਪੈਣਾ ਹੈਗਾ। ਮੈਂ ਚਾਹੁੰਦਾ ਕਿ ਇਸ ਮੰਦੀ ਦੇ ਹਾਲ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਲੋਕਾਂ ਦੇ ਬੋਝ ਨਹੀਂ ਪੈਣਾ ਚਾਹੀਦਾ। ਵਿਕਾਸ ਕਾਰਜਾਂ ਨੂੰ ਲੈ ਕੇ ਤੁਸੀਂ ਕਾਂਗਰਸ ਪਾਰਟੀ ਜੁਆਇਨ ਕੀਤੀ ਸੀ, ਅੱਜ ਅਸਤੀਫਾ ਵੀ ਦੇ ਰਹੇ ਹੋ, ਕੀ ਕਾਰਨ ਸੀ? ਨਹੀਂ, ਮੈਂ ਤਾਂ ਹੁਣ ਵੀ ਸਰਕਾਰ ਤੋਂ ਆਸ਼ਾਵੰਦ ਹੈ ਕਿ ਇਸ ਇਲਾਕੇ ਦਾ ਵਿਕਾਸ ਹੋਵੇ। ਮੁੱਖ ਮੰਤਰੀ ਸਾਨੂੰ ਬੇਨਤੀ ਵੀ ਕਰਾਂਗਾ, ਕਰਦਾ ਵੀ ਰਿਹਾ ਕਿ ਸਾਡੇ ਜਿਹੜੇ ਰੋਪੜ ਹਲਕੇ ਦਾ ਵਿਕਾਸ ਹੈ, ਵੱਧ ਤੋਂ ਵੱਧ ਪੰਜਾਬ ਦਾ ਜਿਹੜਾ ਇੱਕ ਨੰਬਰ ਹਲਕਾ ਬਣਾਇਆ ਜਾਵੇ, ਇਹਨੂੰ ਵੱਧ ਤੋਂ ਵੱਧ ਵਿਕਾਸ ਕੀਤਾ ਜਾਵੇ।